ਚਾਹੇ ਫਿਰ ਉਹ ਫੋਟੋ ਦੇ ਜ਼ਰੀਏ ਹੋਵੇ, ਚਾਹੇ ਫਿਰ ਉਹ ਕਿਸੇ ਲਿਖਤ ਦੇ ਜ਼ਰੀਏ ਹੋਵੇ, ਲੇਕਿਨ ਉਹਦਾ ਭਰਾ ਹਰ ਵਕਤ ਉਹਦੇ ਕੋਲ ਹੋਣਾ ਚਾਹੀਦਾ ਹੈ। ਔਰ ਇਸੇ ਲਈ ਉਸਨੇ ਟੈਟੂ ਬਣਵਾ ਲਿਆ ਤੇ ਹੁਣ ਉਸਦਾ ਵੀਰ ਹਮੇਸ਼ਾ ਉਸਦੇ ਨਾਲ ਰਹੇਗਾ। ਦੂਜੇ ਪਾਸੇ ਦੀਪ ਸਰਦਾਰਨੀ ਇਹ ਕਹਿੰਦੀ ਵੀ ਦਿਖਾਈ ਦਿੱਤੀ ਕਿ ਜਦ ਉਹ ਕੁਆਰੀ ਹੁੰਦੀ ਸੀ ਤਾਂ ਉਹ ਚਾਹੁੰਦੀ ਸੀ ਕਿ ਉਹ ਆਪਣੇ ਮਾਂ ਤੇ ਆਪਣੇ ਭਰਾ ਦਾ ਟੈਟੂ ਬਣਾਵੇ ਅਤੇ ਉਹਨਾਂ ਨੂੰ ਸਰਪ੍ਰਾਈਜ਼ ਦੇਵੇ, ਪਰ ਅਜਿਹਾ ਨਹੀਂ ਹੋ ਸਕਿਆ। ਨਾਲ ਦੀ ਨਾਲ ਦੀਪ ਸਰਦਾਰਨੀ ਨੇ ਆਪਣੇ ਫਾਦਰ ਦਾ ਵੀ ਜ਼ਿਕਰ ਕੀਤਾ। ਉਸਨੇ ਕਿਹਾ ਕਿ ਜਦ ਮੇਰੇ ਫਾਦਰ ਇਸ ਦੁਨੀਆ ਤੋਂ ਚਲੇ ਗਏ ਸੀ ਤਾਂ ਮੈਂ ਬਹੁਤ ਚਿਰ ਰੋਂਦੀ ਰਹੀ, ਪਰ ਕਿਸੇ ਨੇ ਸਾਡਾ ਹਾਲ ਨਹੀਂ ਪੁੱਛਿਆ ਅਤੇ ਨਾ ਹੀ ਮੇਰੇ ਪਿਓ ਨੇ ਵਾਪਸ ਆ ਕੇ ਸਾਡਾ ਹਾਲ ਦੇਖਿਆ। ਉਸ ਤੋਂ ਬਾਅਦ ਉਸਨੇ ਡਿਸਾਈਡ ਕਰ ਲਿਆ ਸੀ ਉਹ ਆਪਣੇ ਮਾਂ ਤੇ ਭਰਾ ਦੇ ਲਈ ਜਾਵੇਂਗੀ, ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ। ਹੁਣ ਉਸਦੇ ਕੋਲ ਸਿਰਫ ਉਸਦੀ ਮਾਂ ਰਹਿ ਗਈ। ਉਹ ਜਿਸ ਤਰੀਕੇ ਦੇ ਨਾਲ ਦੀਪ ਸਰਦਾਰ ਨੇ ਆਪਣਾ ਦੁੱਖ ਜ਼ਾਹਿਰ ਕਰਦੀ ਹੋਈ ਦਿਖਾਈ ਦਿੱਤੀ, ਮੈਂ ਆਹ ਵੇਖੋ ਜੀ ਮੈਂ ਟੈਟੂ ਬਣਾਇਆ ਉਹਦੇ ਭਰਾ ਦਾ, ਮਾਣੀ ਤੇ ਚੇਤੋ ਲਿਖਿਆ, ਚੇਤੋ ਤੇ ਮਾਣੀ, ਮੇਰੇ ਭਰਾ ਦਾ ਨਾਂ ਚੇਤੋ ਤੇ ਮੈਂ ਮਾਣੀ। ਮੈਂ ਚੀਜ਼ ਨਾ ਆਪਣੇ ਨਾਲ ਰੱਖਣਾ ਚਾਹੁੰਦੀ, ਮਤਲਬ ਮੈਂ ਫੀਲ ਕਰਨਾ ਚਾਹੁੰਦੀ ਕਿ ਮੇਰੇ ਨਾਲ ਮੇਰਾ ਭਰਾ ਹੈਗਾ, ਚਾਹੇ ਉਹ ਕਿਸੇ ਫੋਟੋ 'ਚ ਬਣ ਕੇ, ਚਾਹੇ ਉਹ ਕਿਸੇ ਲਿਖਾਂ 'ਚ ਬਣ ਕੇ, ਕਿਸੇ ਨਾਮ 'ਚ ਬਣ ਕੇ ਆ, ਪਰ ਉਹ ਮੇਰੇ ਨਾਲ ਹੈਗਾ।